ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪਸ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਅੱਜ ਫਿਰ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਹਾਂ। ਜਿਹੜੇ ਅੱਜ ਦੇ ਸੂਟ ਆ, ਇਹ ਸਾਰੇ ਸੂਟ ਵੀ ਡਿਜ਼ਾਈਨਰ ਸੂਟਸ ਆ, ਡਿਫਰੈਂਟ ਵਰਕ ਕੀਤਾ ਹੋਇਆ ਇਹਨਾਂ 'ਤੇ, ਤਾਂ ਕਰਕੇ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ। ਚਲੋ ਫਿਰ ਸਟਾਰਟ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ। ਇਹ ਆਪਾਂ ਸੂਟ ਰੈਡੀ ਕੀਤੇ ਆ, ਪਿਓਰ ਚਨੋਨ ਦੀ ਸ਼ਰਟਸ ਹੈ, ਪ੍ਰਿੰਟਡ ਸ਼ਰਟ, ਇਹਨਾਂ ਦੇ ਦੁਪੱਟੇ ਵੀ ਬਣ ਜਾਂਦੇ ਆ, ਸ਼ਰਟਸ 'ਚ ਵੀ ਬਣ ਕੇ ਜਾ ਰਹੀ ਆ। ਲੇਸਿਸ ਨਾਲ ਸਾਰੀ ਡਿਜ਼ਾਇਨਿੰਗ ਕੀਤੀ ਹੋਈ ਆ ਆਪਾਂ ਨੇ, ਇੱਥੇ ਵੀ ਲੇਸ ਇਨਸਰਟ ਕੀਤੀ ਹੋਈ ਹੈ, ਡਬਲ ਘੇਰੇ 'ਤੇ ਸਲਿਟਸ 'ਤੇ ਲੇਸ ਦਿੱਤੀ ਹੋਈ ਆ, ਫਰੰਟ ਬੈਕ 'ਤੇ, ਦੈਨ ਉੱਤੇ ਕਲੀ ਸਟਾਈਲ 'ਚ ਡਿਜ਼ਾਇਨਿੰਗ ਕੀਤੀ ਆ, ਗਲੇ 'ਤੇ ਲੇਸ ਦਿੱਤੀ ਆ, ਸਲੀਵਸ 'ਤੇ ਵੀ ਇੱਦਾਂ ਹੈਵੀ ਵਾਲੀ ਲੇਸ ਦਿੱਤੀ ਹੋਈ ਆ। ਸਲਵਾਰ ਇਹਦੇ ਨਾਲ ਆਪਾਂ ਕਰੀਮ ਕਲਰ ਦੀ ਰੱਖੀ ਆ, ਔਰ ਸਲਵਾਰ 'ਤੇ ਪਿੰਟਰੈਕਸ ਦੇ ਕੇ ਲੇਸ ਦਿੱਤੀ ਹੋਈ ਆ। ਦੁਪੱਟਾ ਆਪਾਂ ਟਾਈ ਐਂਡ ਡਾਈ ਕੀਤਾ ਇੱਦਾਂ, ਪਿਓਰ ਚਨੋਨ ਦਾ ਦੁਪੱਟਾ, ਦੁਪੱਟੇ ਦੇ ਵਿੱਚ ਬਲੂ ਕਲਰ ਦਿੱਤਾ ਐਂਡ ਟਾਈ ਐਂਡ ਡਾਈ ਹੀ ਲੇਸ ਦਿੱਤੀ ਹੋਈ ਹੈ ਦੁਪੱਟੇ 'ਚ। ਆਪਣੇ ਕੋਲ ਚਨੋਨ ਫੈਬਰਿਕ 'ਚ ਪ੍ਰਿੰਟ ਆ, ਇਹ ਵੀ ਬਹੁਤ ਸੋਹਣਾ ਪ੍ਰਿੰਟ ਆ। ਇਹਦੇ 'ਚ ਆਪਾਂ ਸਾਰੀ ਇੱਦਾਂ ਵਰਕ ਵਾਲੀ ਲੇਸ ਦਿੱਤੀ ਹੈ, ਸਾਰੀ ਪਿਓਰ ਓਰੀਐਂਸਾ 'ਤੇ ਵਰਕ ਵਾਲੀ ਲੇਸ ਆ, ਟਾਈ ਐਂਡ ਡਾਈ ਲੇਸ ਆਉਂਦੀ ਹੈ ਵਾਲੀ, ਇਹਦਾ ਟਾਈ ਐਂਡ ਡਾਈ ਲੇਸ ਆ। ਔਰ ਇਹਦੇ ਨੈਕ 'ਤੇ ਵੀ ਇੱਦਾਂ ਡਿਜ਼ਾਇਨਿੰਗ ਹੋਈ ਹੋਈ ਆ, ਵਿੱਚ ਪੋਟਲੀ ਬਟਨਸ ਦਿੱਤੇ ਆ। ਇਹ ਸਲੀਵਸ ਹੈ, ਸਲੀਵਸ 'ਤੇ ਇੱਦਾਂ ਡਿਜ਼ਾਇਨਿੰਗ ਹੋਈ ਆ। ਔਰ ਜਿਹੜਾ ਇਹਦਾ ਬੋਟਮ ਆ, ਬੋਟਮ 'ਤੇ ਆਪਾਂ ਕਟਵਰਕ ਵਾਲੀ ਡਿਜ਼ਾਇਨਿੰਗ ਕੀਤੀ ਆ। ਦੁਪੱਟਾ ਇਹਦੇ ਨਾਲ ਵੀ ਆਪਾਂ ਟਾਈ ਐਂਡ ਡਾਈ ਦੁਪੱਟਾ ਕੀਤਾ, ਪਿਓਰ ਚਨੋਨ ਦਾ ਦੁਪੱਟਾ, ਤੁਸੀਂ ਕਿਸੇ ਵੀ ਫੈਬਰਿਕ 'ਚ ਕਰਾ ਸਕਦੇ ਹੋ। ਐਂਡ ਇਹਦੇ 'ਤੇ ਵੀ ਆਪਾਂ ਫੋਰ ਸਾਈਡ ਇੱਦਾਂ ਲੇਸ ਦਿੱਤੀ ਹੋਈ ਆ, ਟਾਈ ਐਂਡ ਡਾਈ ਵਰਕ ਵਾਲੀ ਲੇਸ ਆ। ਫੈਬਰਿਕ ਸੇਮ ਹੈ, ਪ੍ਰਿੰਟ ਸੇਮ ਹੈ, ਬਟ ਡਿਜ਼ਾਇਨਿੰਗ ਸ਼ਰਟ ਇਹਦੀ ਪਲੇਨ ਰੱਖੀ ਆ, ਇਹਦੀ ਸਲੀਵਸ 'ਚ ਡਿਜ਼ਾਇਨਿੰਗ ਕੀਤੀ, ਇੱਦਾਂ ਬੋਕਸ ਪਲੇਟ ਵਾਲੀ ਸਲੀਵਸ ਬਣਾਈਆਂ ਆਪਾਂ। ਐਂਡ ਸਲਵਾਰ 'ਤੇ ਇਹਦੇ ਵਰਕ ਕੀਤਾ ਹੋਇਆ, ਕਰੇਪ ਦੀ ਸਲਵਾਰ ਆ, ਸਲਵਾਰ 'ਤੇ ਮਿਰਰ ਐਂਡ ਥਰੈਡ ਵਰਕ ਕੀਤਾ ਹੋਇਆ ਸਾਰਾ ਆਪਾਂ ਨੇ। ਔਰ ਇਹਦਾ ਦੁਪੱਟੇ 'ਤੇ ਕਟਵਰਕ ਕਰਕੇ ਇੱਦਾਂ ਜ਼ਿਗਜ਼ੈਗ 'ਚ ਸਾਰਾ ਕਟਵਰਕ ਕੀਤਾ ਹੋਇਆ, ਯੂ ਵੀ ਡਬਲਯੂ ਵਾਲਾ, ਵਿੱਚ ਸਾਰੇ ਆਪਾਂ ਬੂਟੇ ਦਿੱਤੀ ਹੋਈ ਹੈ, ਡਿਜ਼ਾਇਨਰ ਦੁਪੱਟਾ ਕੀਤਾ ਇਹਦੇ ਨਾਲ ਆਪਾਂ। ਸ਼ਰਟ ਸਿੰਪਲ ਰੱਖੀ ਹੈ, ਜਸਟ ਆਪਾਂ ਸਟਿਚਿੰਗ 'ਚ ਹੀ ਡਿਜ਼ਾਇਨਿੰਗ ਦਿੱਤੀ ਹੋਈ ਹੈ ਸਲੀਵਸ 'ਤੇ, ਥੋੜ੍ਹਾ ਲੂਜ਼ ਫਿੱਟ ਪਾਕਿਸਤਾਨੀ ਸਟਾਈਲ 'ਚ ਰੈਡੀ ਕੀਤਾ ਇਹ ਵਾਲਾ ਸੂਟ। ਇਹ ਆਪਾਂ ਕੁੜਤਾ ਰੈਡੀ ਕੀਤਾ, ਇਹਦੇ ਸੈਂਟਰ 'ਚ ਆਪਾਂ ਸਟਰੇਟ ਇੱਦਾਂ ਲਾਈਨਸ ਦਿੱਤੀਆਂ, ਐਂਡ ਸਾਈਡਸ 'ਤੇ ਆਪਾਂ ਇੱਦਾਂ ਹਾਫ ਲਾਈਨਸ ਦਿੱਤੀਆਂ ਹੋਈਆਂ, ਕੁੜਤੇ ਸਟਾਈਲ 'ਚ ਬਣਿਆ ਹੋਇਆ। ਐਂਡ ਇਹ ਨੈਕ ਲਾਈਨ ਆ ਜੂਗੀ ਇਹਦੀ, ਔਰ ਇਹ ਸਲੀਵਸ ਆਉਂਦੇ ਨਾਲ, ਪਲੇਨ ਬੋਟਮ ਆ ਇਹਦੇ ਨਾਲ, ਕੁੜਤਾ ਵਿਦ ਪੈਂਟ ਆ, ਅਤੇ ਬਹੁਤ ਸੋਹਣੀ ਲੁੱਕ ਆਉਂਦੀ ਹੈ ਇੱਦਾਂ। ਇਹਦਾ ਬੈਕ ਸਾਈਡ ਵੀ ਸੇਮ ਇੱਦਾਂ ਹੀ ਆ ਰਹੀ ਹੈ, ਫਰੰਟ ਬੈਕ ਸੇਮ ਆ, ਸਮਰਸ 'ਚ ਵੇਅਰ ਕਰਨ ਵਾਸਤੇ ਬਹੁਤ ਵਧੀਆ ਆਪਸ਼ਨ ਆ। ਲਾਈਨਿੰਗ ਦੀ ਵੀ ਨੀਡ ਨਹੀਂ ਹੈ ਇਹਦੇ ਨੀਚੇ, ਪਿਓਰ ਕੋਟਨ ਹੈਗੀ। ਇਹ ਆਪਾਂ ਸੈਲਫ ਫੈਬਰਿਕ 'ਤੇ ਰੈਡੀ ਕੀਤਾ, ਫੈਬਰਿਕ ਸੇਮ ਨਹੀਂ ਹੈਗਾ, ਬਟ ਆਪਾਂ ਕਰੇਪ ਸੈਲਫ ਜਾਂ ਕਿਸੇ ਹੋਰ ਸੈਲਫ 'ਤੇ ਵੀ ਰੈਡੀ ਕਰ ਸਕਦੇ ਹਾਂ। ਇਹ 'ਤੇ ਆਪਾਂ ਪੈਚ ਵਰਕ ਕੀਤਾ ਬਲੂ ਸ਼ੇਡ ਦਾ, ਬਲੂ ਐਂਡ ਪਿੰਕ ਕਲਰ ਦੇ ਸਾਰਾ ਨਾ ਫੈਬਰਿਕ ਯੂਜ਼ ਕੀਤਾ ਹੋਇਆ ਪੈਚ ਵਰਕ 'ਚ। ਬੈਕ 'ਤੇ ਆਪਾਂ ਜ਼ਿਗਜ਼ੈਗ 'ਚ ਕਟਵਰਕ ਦਿੱਤਾ ਹੋਇਆ, ਸਲੀਟਸ ਤੱਕ ਪੈਚ ਵਰਕ ਆਏਗਾ। ਦੈਨ ਉਸ ਤੋਂ ਬਾਅਦ ਨੈਕ ਲਾਈਨ 'ਤੇ ਵੀ ਪ੍ਰੋਪਰ ਹੈਵੀ ਪੈਚ ਵਰਕ ਆ, ਇਹ ਸਲੀਵਸ ਆਉਂਦੀਆਂ, ਸਲੀਵਸ ਵੀ ਇਹਦੀਆਂ ਡਿਜ਼ਾਈਨਰ ਆ। ਔਰ ਇਹਦੇ ਨਾਲ ਜਿਹੜੀ ਬੋਟਮ ਆ, ਬੋਟਮ ਦੇ ਨੀਚੇ ਆਪਾਂ ਸਲੀਵਸ ਨਾਲ ਦਾ ਇੱਦਾਂ ਪੈਚ ਵਰਕ ਕੀਤਾ ਹੋਇਆ ਮੂਰੀ 'ਤੇ, ਔਰ ਦੁਪੱਟੇ 'ਤੇ ਆਪਾਂ ਇੱਦਾਂ ਕਟਵਰਕ ਦਿੱਤਾ ਜ਼ਿਗਜ਼ੈਗ 'ਚ। ਬਹੁਤ ਸੋਹਣਾ ਸੂਟ ਬਣਿਆ ਹੋਇਆ। ਜੇ ਆਪਾਂ ਕਰੇਪ 'ਚ ਕਰਾਉਂਦੇ ਹਾਂ ਸੈਲਫ 'ਤੇ, ਦੈਨ ਤੁਸੀਂ ਕਿਸੇ ਵੀ ਕਲਰ 'ਚ ਇਹਨੂੰ ਕਰਵਾ ਸਕਦੇ ਹੋ। ਨੈਕਸਟ ਜਿਹੜਾ ਸੂਟ ਆ ਉਹ ਇਹ ਵਾਲਾ, ਇਹ ਫੈਬਰਿਕ ਵੀ
ਆਪਣੇ ਕੋਲ ਸੇਮ ਨਹੀਂ ਹੈਗਾ, ਹੁਣ ਆਪਾਂ ਸਿਮਲਰ ਰੈਡੀ ਕਰਾ ਸਕਦੇ ਹਾਂ, ਬਣ ਵੀ ਰਹੇ ਹਾਂ ਸਿਮਲਰ ਇਹਦੇ ਨਾਲ ਦੇ। ਨੀਚੇ ਆਪਾਂ ਸਾਰਾ ਘੇਰੇ 'ਤੇ ਵਰਕ ਕੀਤਾ ਹੋਇਆ ਇਹ ਵਾਲਾ ਡਿਜ਼ਾਇਨਰ ਕੰਮ ਆ, ਸਾਰਾ ਫਰੰਟ ਪੈਕ ਘੇਰੇ 'ਤੇ ਹੁੰਦਾ ਇੱਦਾਂ। ਔਰ ਨੈਕ ਲਾਈਨ 'ਤੇ ਪੋਟਲੀ ਬਟਨ ਦਿੱਤੇ ਹੋਏ ਆ, ਸੇਮ ਵਰਕ ਆਪਾਂ ਸਲੀਵਸ 'ਤੇ ਦਿੱਤਾ। ਦੈਨ ਸਲਵਾਰ 'ਤੇ ਵੀ ਆਪਾਂ ਇੱਦਾਂ ਸੇਮ ਵਰਕ ਕਰਕੇ ਬੈਕ ਸਾਈਡ 'ਤੇ ਇੱਦਾਂ ਫਲਾਵਰ ਦੇ ਬੰਚਿਸ ਦਿੱਤੇ ਹੋਏ ਆ ਸਲਵਾਰ 'ਤੇ। ਦੁਪੱਟੇ 'ਤੇ ਆਪਾਂ ਫੋਰ ਸਾਈਡ ਕਟਵਰਕ ਦੇ ਕੇ ਇੱਦਾਂ ਜ਼ਿਗਜ਼ੈਗ 'ਚ ਕਟਵਰਕ ਦੇ ਕੇ ਕੋਰਨਰਸ 'ਤੇ ਫਲਾਵਰਸ ਦਿੱਤੇ ਆ ਇਸ ਸਟਾਈਲ ਨਾਲ। ਅਗਰ ਬਨਾਰਸ ਆਪਾਂ ਇਹਨੂੰ ਪ੍ਰਿੰਟ ਜਿੱਦਾਂ ਕੋਟਨ ਦੇ ਸੂਟਸ ਹੁੰਦੇ ਆ ਜਾਂ ਕਰੇਪ ਵਗੈਰਾ 'ਤੇ, ਇਹ ਡਿਜ਼ਾਇਨਿੰਗ ਉਹਨਾਂ 'ਤੇ ਵੀ ਹੋ ਸਕਦੀ ਅਗਰ ਆਪਾਂ ਬਨਾਰਸੀ 'ਤੇ ਨਹੀਂ ਕਰਾਉਣਾ ਚਾਹੁੰਦੇ, ਫੈਬਰਿਕ ਚੇਂਜ ਹੋ ਸਕਦਾ। ਨੈਕਸਟ ਜਿਹੜਾ ਸੂਟ ਹੈ ਉਹ ਵੀ ਆਪਣਾ ਸਾਫ ਪ੍ਰਿੰਟਿਡ ਹੀ ਹੈ। ਇੱਥੇ ਆਪਾਂ ਅੰਬੀ ਵਾਲਾ ਪੈਚ ਵਰਕ ਕੀਤਾ ਹੋਇਆ ਐਂਡ ਸਾਰੀ ਸ਼ਰਟ ਦੇ ਵਿੱਚ ਹਾਈਲਾਈਟਿੰਗ ਦਿੱਤੀ ਆ। ਨੈਕ ਲਾਈਨ 'ਤੇ ਵੀ ਪ੍ਰੋਪਰ ਹੈਵੀ ਵਰਕ ਦਿੱਤਾ, ਸਲੀਵਸ 'ਤੇ ਵੀ ਪੈਚ ਵਰਕ ਆਉਂਦਾ ਐਂਡ ਇਹਦੇ ਨਾਲ ਇਹ ਵਾਲੀ ਸਲਵਾਰ ਆ, ਸਲਵਾਰ 'ਤੇ ਵੀ ਆਪਾਂ ਇੱਦਾਂ ਪੈਚ ਵਰਕ ਕੀਤਾ ਹੋਇਆ, ਬਹੁਤ ਸੋਹਣਾ ਸੂਟ ਬਣਿਆ। ਸਾਰਾ ਹੈਂਡ ਵਰਕ ਦਾ ਕੰਮ ਆ, ਪਰਲ ਮਲਟੀ ਸਿੱਪੀ ਥਰੈਡ ਸਾਰਾ ਇੱਦਾਂ ਵਰਕ ਕੀਤਾ ਹੋਇਆ। ਨੈਕਸਟ ਹੈਗਾ ਆਪਣੇ ਕੋਲ ਡਿਫਰੈਂਟ ਜਿਹੇ ਸ਼ੇਡ ਆ, ਇਹਦੇ 'ਚ ਸ਼ੇਡ ਸੇਮ ਨਹੀਂ ਹੁੰਦੇ ਹੈਗੇ, ਇਸ ਫੈਬਰਿਕ 'ਚ ਡਿਫਰੈਂਟ ਡਿਫਰੈਂਟ ਸ਼ੇਡਸ ਹੀ ਆਉਂਦੇ ਆ। ਇਹਦੇ 'ਚ ਆਪਾਂ ਕਟਵਰਕ ਕੀਤਾ ਹੋਇਆ ਇੱਦਾਂ ਫੋਰ ਲਾਈਨਸ ਦਾ ਐਂਡ ਫਰੰਟ ਬੈਕ ਸੇਮ ਕਟਵਰਕ ਆਏਗਾ ਮਹਿਰੂਨ ਨਾਲ। ਪੋਟਲੀ ਬਟਨ ਦਿੱਤੀ ਹੋਈ ਆ ਨੈਕ 'ਤੇ, ਸਲੀਵਸ ਵੀ ਸੇਮ ਆ ਔਰ ਇਹਦੀ ਸਲਵਾਰ 'ਤੇ ਆਪਾਂ ਇੱਦਾਂ ਵਰਕ ਦਿੱਤਾ, ਇਹ ਸਲਵਾਰ 'ਤੇ ਕੰਮ ਹੁੰਦਾ, ਬਹੁਤ ਸੋਹਣਾ ਕੰਮ ਹੋਇਆ ਹੋਇਆ ਸਲਵਾਰ 'ਤੇ। ਦੁਪੱਟਾ ਇਹਦੇ ਨਾਲ ਆਪਾਂ ਡਿਜ਼ਾਇਨਰ ਕੀਤਾ, ਦੁਪੱਟੇ ਦੇ ਛੋਟੇ ਪੱਲਿਆਂ 'ਤੇ ਆਪਾਂ ਸੂਟ ਨਾਲ ਦਾ ਫੈਬਰਿਕ ਦਿੱਤਾ ਹੋਇਆ, ਅੰਬੀ ਹਾਈਲਾਈਟ ਕੀਤੀਆਂ ਹੋਈਆਂ ਲੀਵਸ ਐਂਡ ਵਿੱਚ ਸਾਰੇ ਆਪਾਂ ਸਲਵਾਰ ਨਾਲ ਦਾ ਇੱਦਾਂ ਵਰਕ ਕੀਤਾ ਹੋਇਆ, ਸਾਰਾ ਸਿੱਪੀ ਐਂਡ ਕਰਦਾਨੇ ਦਾ ਕੰਮ ਆ, ਬਹੁਤ ਸੋਹਣਾ ਵਰਕ ਹੋਇਆ ਹੋਇਆ, ਪਾਕਿਸਤਾਨੀ ਸਟਾਈਲ 'ਚ ਕੰਮ ਹੋਇਆ ਹੋਇਆ। ਨੈਕਸਟ ਜਿਹੜਾ ਆਪਣਾ ਸੂਟ ਆ ਇਹ ਬਰੋਸ਼ਰ 'ਤੇ ਰੈਡੀ ਹੋਏ ਆ, ਸੇਮ ਡਿਜ਼ਾਇਨਿੰਗ ਆ ਬਸ ਕਲਰ ਦਾ ਆਪਾਂ ਇਹਨੂੰ ਆਪਾਂ ਸਾਰੀ ਸ਼ਰਟ ਨੂੰ ਹਾਈਲਾਈਟ ਕੀਤਾ ਹੋਇਆ ਗੋਲਡਨ ਸਿੱਪੀ ਨਾਲ, ਡਲ ਸਿੱਪੀ ਨਾਲ ਔਰ ਪਰਲਸ ਨਾਲ ਸਾਰੀ ਸ਼ਰਟ ਫਰੰਟ ਹਾਈਲਾਈਟ ਆ। ਇੱਦਾਂ ਸਲੀਵਸ ਆਉਣਗੀਆਂ ਇਹਦੀਆਂ, ਇਹਦੇ 'ਚ ਆਪਾਂ ਕਲਰ ਕਰਾਇਆ ਸੀ ਰਸਟ ਸ਼ੇਡ ਇੱਦਾਂ, ਇਹ ਰਸਟ ਸ਼ੇਡ 'ਚ ਕੀਤਾ ਹੋਇਆ ਸਾਰਾ ਸੂਟ। ਇਹਨਾਂ ਨਾਲ ਦੁਪੱਟੇ ਪਲੇਨ ਆ, ਸਲਵਾਰਾਂ ਵੀ ਇਹਨਾਂ ਨਾਲ ਪਲੇਨ ਆਉਣਗੀਆਂ, ਬਾਕੀ ਤੁਸੀਂ ਆਪਦੇ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋ। ਨੈਕਸਟ ਸੂਟ ਆਪਣਾ ਹੈਗਾ ਇਹ ਆਪਾਂ ਪਲੇਨ ਹੀ ਸੂਟ ਸਟਿੱਚ ਕੀਤਾ ਹੋਇਆ, ਫੈਬਰਿਕ ਡਿਜ਼ਾਇਨਰ ਆ, ਸਟਿਚਿੰਗ 'ਚ ਡਿਜ਼ਾਇਨਿੰਗ ਕੀਤੀ ਆ, ਇਹ ਪੋਟਲੀ ਬਟਨ ਦਿੱਤੇ ਹੋਏ ਆ। ਦੈਨ ਇੱਦਾਂ ਆਪਾਂ ਪਾਈਪਿੰਗ ਦਿੱਤੀ ਹੋਈ ਆ ਸੇਮ ਕਲਰ ਦੀ, ਬੈਕ ਸਾਈਡ 'ਤੇ ਫਿਨਿਸ਼ਿੰਗ ਦਿੱਤੀ ਆ ਡਿਫਰੈਂਟ ਐਂਡ ਜਿਹੜਾ ਦੁਪੱਟਾ ਇਹਦਾ 4-5D ਹੈਵੀ 'ਚ ਦੁਪੱਟਾ, ਦੁਪੱਟੇ 'ਤੇ ਵੀ ਆਪਾਂ ਇੱਦਾਂ ਫਿਨਿਸ਼ਿੰਗ ਦਿੱਤੀ ਹੋਈ ਆ। ਇਹ ਸੂਟ ਰੈਡੀ ਕੀਤਾ ਪਲੇਨ ਫੈਬਰਿਕ 'ਤੇ, ਇਹਦੇ ਆਪਾਂ ਕੋਰਨਰਸ 'ਤੇ ਵਰਕ ਕੀਤਾ, ਵਿੱਚ ਸਾਰੇ ਬੂਟੇ ਦਿੱਤੀ ਆ। ਦੈਨ ਇਹਦੇ ਇਹਦਾ ਨੈਕ ਲਾਈਨ 'ਤੇ ਵਰਕ ਹੋਇਆ ਹੋਇਆ ਤਾਂ ਸ਼ੋਲਡਰਸ 'ਤੇ ਕੰਮ ਆ ਔਰ ਸਲੀਵਸ 'ਤੇ ਵਰਕ ਆਉਂਦਾ। ਇਹਦੇ ਨਾਲ ਦੁਪੱਟੇ 'ਤੇ ਥੋੜ੍ਹੀ ਜਿਹੀ ਬੂਟੀਆਂ ਵਾਲੀ ਡਿਜ਼ਾਇਨਿੰਗ ਐਂਡ ਸਲਵਾਰ ਪਲੇਨ ਆਏਗੀ ਆਪਣੀ। ਨੈਕਸਟ ਜਿਹੜਾ ਸੂਟ ਹੈ ਆਪਣਾ ਰੈੱਡ ਕਲਰ ਦੀ ਸ਼ਰਟ ਆ, ਸ਼ਰਟ ਦੇ ਫਰੰਟ 'ਤੇ ਸਾਰਾ ਆਪਾਂ ਪਰਲਸ ਦਾ ਹੈਂਡ ਵਰਕ ਕੀਤਾ ਹੋਇਆ, ਇਹ ਪੋਟਲੀ ਬਟਨ ਆ ਗਏ
ਦੈਨ ਸਲੀਵਸ 'ਤੇ ਵੀ ਇੱਦਾਂ ਸਾਰਾ ਥਰੈਡ ਸਿੱਪੀ ਐਂਡ ਪਰਲਸ ਦਾ ਵਰਕ ਹੋਇਆ ਹੋਇਆ ਬੈਲ ਸ਼ੇਪ 'ਚ ਸਲੀਵਸ ਹੈ। ਸਲਵਾਰ ਇਹਦੇ ਨਾਲ ਪਲੇਨ ਆਉਂਦੀ ਆ ਐਂਡ ਇਹਦੇ ਨਾਲ ਆਪਾਂ ਸ਼ੋਲ ਕੀਤਾ, ਤੁਸੀਂ ਦੁਪੱਟੇ 'ਤੇ ਵੀ ਸੇਮ ਵਰਕ ਕਰਾ ਸਕਦੇ ਹੋ। ਇੱਦਾਂ ਸ਼ੋਲ 'ਤੇ ਇੱਦਾਂ ਪੱਲਿਆਂ 'ਤੇ ਵਰਕ ਕੀਤਾ ਹੋਇਆ, ਮਤਲਬ ਛੋਟੇ ਪੱਲਿਆਂ 'ਤੇ ਇੱਕ ਫਲਾਵਰ ਆ ਜਾਂਦਾ, ਦੈਨ ਵੱਡੇ ਪੱਲਿਆਂ 'ਤੇ ਇੱਕ ਇੱਕ ਫਲਾਵਰ ਆਉਂਦਾ। ਇੱਦਾਂ 4 ਫਲਾਵਰਸ ਆ ਜਾਂਦੇ ਆ ਪੂਰੇ ਡਿਜ਼ਾਇਨ ਦੇ ਵਿੱਚ, ਪੂਰੇ ਦੁਪੱਟੇ ਦੇ ਵਿੱਚ ਐਂਡ ਜ਼ਿਗਜ਼ੈਗ 'ਚ ਨੂੰ ਕੱਟ ਕੀਤਾ ਹੋਇਆ। ਹੋਪ ਸੋ ਤੁਹਾਨੂੰ ਅੱਜ ਵਾਲੀ ਵੀਡੀਓ, ਅੱਜ ਵਾਲੀ ਕਲੈਕਸ਼ਨ ਵੀ ਹਮੇਸ਼ਾ ਵਾਂਗ ਬਹੁਤ ਵਧੀਆ ਲੱਗੀ ਹੋਊਗੀ। ਕਿਸੇ ਨੂੰ ਕੋਈ ਕੁਐਸਚਨ ਜਾਂ ਡਾਊਟ ਹੁੰਦਾ, ਮੇਰਾ ਵਟਸਐਪ ਨੰਬਰ ਗਿਵਨ ਆ, ਤੁਸੀਂ ਉੱਥੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਥੈਂਕ ਯੂ।